ਇਸ ਵੇਲੇ ਦੀ ਵੱਡੀ ਖਬਰ ਬੇਅਦਬੀ ਮਾਮਲੇ ਨਾਲ ਜੁੜੀ ਹੋਈ ਆ ਰਹੀ ਹੈ। ਜੀ ਹਾਂ, ਦੱਸ ਦਈਏ ਕਿ ਬੇਅਦਬੀ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਬਠਿੰਡਾ ਦੇ ਗੁਰੂਸਰ ਅਤੇ ਮੋਗਾ ਦੇ ਮਲਕੇ 'ਚ ਹੋਈਆਂ ਬੇਅਦਬੀਆਂ 'ਤੇ ਸਿੱਟ ਨੇ ਵੱਡਾ ਫੈਸਲਾ ਸੁਣਾਇਆ। ਸਿੱਟ ਦੇ ਮੁਤਾਬਿਕ ਇਹ ਬੇਅਦਬੀਆਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਹਿਣ ਤੋਂ ਹੀ ਹੁੰਦੀਆਂ ਸਨ। ਇਸ ਦੇ ਲਈ ਹੁਣ ਸਿੱਟ ਵੱਲੋਂ ਚਲਾਨ ਵੀ ਪੇਸ਼ ਕੀਤਾ ਗਿਆ। ਗੁਰੂਸਰ ਮਾਮਲੇ 'ਚ 6 ਲੋਕਾਂ ਦੇ ਖਿਲਾਫ਼ ਅਤੇ ਮਲਕੇ ਮਾਮਲੇ 'ਚ 5 ਲੋਕਾਂ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ, ਜਦੋਂ ਕਿ 3 ਦੇ ਖਿਲਾਫ਼ ਵਾਰੰਟ ਵੀ ਜਾਰੀ ਕੀਤੇ ਗਏ ਨੇ, ਜਿਨ੍ਹਾਂ ਦੀ ਭਾਲ ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ। ਸੋ ਇਹਨਾਂ 3 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਸਾਹਮਣੇ ਹੋ ਸਕਦੇ ਨੇ, ਜਿਸ ਦੇ ਵਿੱਚ ਕਈ ਹੋਰ ਰਾਜਨੀਤਿਕ ਲੋਕਾਂ ਦਾ ਵੀ ਚਿਹਰਾ ਬੇਨਕਾਬ ਹੋ ਸਕਦਾ ਹੈ।